ਹਾਂ ਜੀ, ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਬੋਲਣ ਦਾ ਇੱਥੇ ਮੌਕਾ ਦਿੱਤਾ ਜਾਏਗਾ। ਸਾਡੇ ਵੀਰ ਮੈਂ ਕਰਿਆਨ ਸਿੰਘ ਜੀ ਪਿਛਲੇ ਕੋਈ 6 ਮਹੀਨੇ ਤੋਂ ਸਾਲ ਤੋਂ ਇਹਨਾਂ ਨਾਲ ਮੇਰਾ ਸੰਬੰਧ ਹੈ। ਪਿੱਛੇ ਜੀ ਮੁਹੰਮਦ ਸਰਵਰ ਸਾਹਿਬ ਗਵਰਨਰ ਪੰਜਾਬ ਸਾਡੇ ਕੋਲ ਗਏ ਸੀ, ਉੱਥੇ ਉਹ ਸਪੈਸ਼ਲ ਤੌਰ ਦੇ ਉੱਤੇ ਸੱਦਾ ਦੇ ਕੇ ਆਏ ਕਿ ਤੁਸੀਂ ਲਾਂਘਾ ਖੁੱਲ ਰਿਹਾ, ਜ਼ਰੂਰ ਆਉਣਾ ਉੱਥੇ। ਉਹੀ ਸਬੱਬ ਬਣਿਆ ਸਾਡੇ ਵੱਡੇ ਵਡੇਰੇ ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਸਰਦਾਰ ਸੇਵਾ ਸਿੰਘ ਲਾਹੌਰ ਤੋਂ ਸਨ, ਸ਼ਕਰਗੜ੍ਹ ਤਹਿਸੀਲ ਸਾਡਾ ਪਿੰਡ ਹੈ ਉੱਥੇ ਬੋਦਲੇ, ਉੱਥੋਂ ਪਾਰਟੀਸ਼ਨ ਤੋਂ ਬਾਅਦ ਉਹ ਗੁਰਦਾਸਪੁਰ ਵਾਲੇ ਪਾਸੇ ਜਦੋਂ ਚਲੇ ਗਏ ਅਤੇ ਮੇਰੇ ਦਾਦੀ ਜੀ ਤੇਜ ਕੌਰ ਛੋਟੇ ਛੋਟੇ ਅਸੀਂ ਹੁੰਦੇ ਸੀ ਅਤੇ ਉਹ ਹਮੇਸ਼ਾ ਇੱਕ ਗੱਲ ਸਾਨੂੰ ਕਹਿੰਦੇ ਸੀ ਕਿ ਬੇਟੇ ਜਿਹੜੇ ਲਾਹੌਰ ਨਹੀਂ ਦੇਖਣਾ ਜੰਮਿਆ ਨੇ ਅਨਾਰਕਲੀ ਬਾਜ਼ਾਰ। ਉਹ ਗੱਲਾਂ ਜਦੋਂ ਕਰਦੇ ਸੀ ਅਤੇ ਇੰਨੀਆਂ ਗੱਲਾਂ ਕਰਦੇ ਸੀ, ਰੁਕਦੇ ਹੀ ਨਹੀਂ ਸੀ, ਕਿਤੇ ਕਿਤੇ ਹੰਝੂ ਵੀ ਅੱਖਾਂ 'ਚ ਆ ਜਾਂਦੇ ਸੀ ਕਿ ਉੱਥੇ ਘਰ ਸੀ, ਹਵੇਲੀ ਸੀ। ਉਹਨਾਂ ਦਾ ਦਰਦ ਮੈਂ ਅੱਜ ਮਹਿਸੂਸ ਕਰ ਰਿਹਾ ਇੱਥੇ ਆ ਕੇ ਕਿ ਵਾਕਈ ਹੀ ਜਦੋਂ ਲਾਹੌਰ ਨੂੰ ਛੱਡ ਕੇ ਉਹਨਾਂ ਨੂੰ ਜਾਣਾ ਪਿਆ ਹੋਏਗਾ 47 ਦੇ ਵਿੱਚ ਵੰਡ ਤੋਂ ਬਾਅਦ, ਅਤੇ ਉਹਨਾਂ ਨੇ ਕਿੱਦਾਂ ਉਹ ਉਸ ਤੋਂ ਬਾਅਦ ਦਾ ਸਫ਼ਰ ਜੀਵਨ ਦਾ ਜਿਹੜਾ ਬਤੀਤ ਕੀਤਾ ਹੋਵੇਗਾ, ਉਹ ਪੇਨ ਹੁਣ ਮਹਿਸੂਸ ਹੋ ਰਹੀ ਹੈ ਦਿਲ 'ਚ, ਇੱਕ ਦੁੱਖ ਹੈ। ਉਦੋਂ ਬਚਪਨ 'ਚ ਮੈਂ ਉਹਨਾਂ ਨੂੰ ਕਿਹਾ ਸੀ ਭੋਲੇ ਪੰਜ ਆਪਣੀ ਦਾਦੀ ਨੂੰ ਕਿ ਮੈਂ ਤੁਹਾਨੂੰ ਕਦੇ ਕਦੇ ਲਾਹੌਰ ਜ਼ਰੂਰ ਲੈ ਕੇ ਜਾਵਾਂਗਾ। ਉਹ ਮੇਰਾ ਸੁਪਨਾ ਪੂਰਾ ਨਹੀਂ ਹੋਇਆ। 95 ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ। ਅੱਜ ਮਨ ਕਰ ਰਿਹਾ ਕਿ ਕਾਸ਼ ਕਿਤੇ ਉਹਨਾਂ ਨੂੰ ਲੈ ਕੇ ਦਿਖਾਉਂਦਾ ਹੈ ਲਾਹੌਰ ਜਿਹੜਾ ਮੈਂ ਅੱਜ ਦੇਖ ਰਿਹਾ। ਔਰ ਦੋ ਤਿੰਨ ਸ਼ਬਦਾਂ 'ਚ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ। ਇੱਕ ਤਾਂ ਪਾਕਿਸਤਾਨ ਸਰਕਾਰ ਦਾ ਬੜਾ ਸ਼ੁਕਰੀਆ ਅਦਾ ਅਸੀਂ ਵਾਰ ਵਾਰ ਕਰ ਰਹੇ ਹਾਂ ਕਿ ਜਿਹੜਾ ਲਾਂਘਾ ਖੋਲ੍ਹਿਆ ਹੈ, ਇਕੱਲਾ ਲਾਂਘਾ ਹੀ ਨਹੀਂ ਖੁੱਲ੍ਹਿਆ, ਦੋਨਾਂ ਮੁਲਕਾਂ 'ਚ, ਦੋਨਾਂ ਪੰਜਾਬਾਂ 'ਚ ਮੁੜ ਤੋਂ ਉਹ ਪਿਆਰ ਅਸੀਂ ਦੇਖ ਰਹੇ ਹਾਂ। ਜੋ ਹੁਣੇ ਮੇਰੇ ਦੋਸਤ ਕਹਿ ਕੇ ਗਏ ਹੈ ਕਿ ਜੋ ਸਤਿਕਾਰ ਇੱਥੇ ਮਿਲਦਾ, ਮੈਂ ਪਿੱਛੇ ਕੈਨੇਡਾ ਤੋਂ ਰੇਡੀਓ 'ਤੇ ਗੱਲ ਕਰ ਰਿਹਾ, ਟੀਵੀ 'ਤੇ ਗੱਲ ਕਰ ਰਿਹਾ, ਸਭ ਨੂੰ ਜਦੋਂ ਦੱਸ ਰਿਹਾ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨਾ ਪਿਆਰ, ਇੰਨੀ ਮੁਹੱਬਤ। ਤੁਸੀਂ ਅਸੀਂ ਹੁਣ ਬਾਹਰੇ ਉਤਰੇ ਹਾਂ 3-wheeler 'ਤੇ, ਉਹ ਭਾਈ ਸਾਹਿਬ ਪੈਸੇ ਨਹੀਂ ਸੀ ਲੈ ਰਹੇ, ਬਹੁਤ ਰਿਕੁਐਸਟ ਕਰਕੇ ਸੁੱਟ ਕੇ ਪੈਸੇ ਆਏ ਹਾਂ। ਉਹ ਕਹਿੰਦੇ ਤੁਸੀਂ ਸਾਡੇ ਮਹਿਮਾਨ ਨੂੰ ਪੈਸੇ ਲੈ ਲਓ, ਕਿਸੇ ਦੁਕਾਨ 'ਤੇ ਜਾਓ ਉੱਥੇ ਖਾਣਾ ਖਾਓ ਪੈਸੇ ਨਹੀਂ ਲੈਣਗੇ। ਇਹ ਇੱਕ ਕਮਾਲ ਦੀ ਮੁਹੱਬਤ ਹੈ। ਇਹ ਉਹੀ ਬੰਦਾ ਮਹਿਸੂਸ ਕਰ ਸਕਦਾ ਜਿਹੜਾ ਇੱਥੇ ਆਏਗਾ, ਖੁਦ ਆ ਕੇ ਦੇਖੇਗਾ, ਤਾਂ ਹੀ ਜ਼ਿਆਦਾ ਉਸਨੂੰ ਇਹਦਾ ਅਹਿਸਾਸ ਹੋ ਸਕਦਾ। ਤੋ ਮੈਂ ਸਿਰਫ 2-3 ਸ਼ਬਦ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸ ਦੇਵਾਂ ਜੀ, ਸਾਡਾ ਜਿਹੜਾ ਪ੍ਰਵਾਸੀ ਮੀਡੀਆ ਗਰੁੱਪ ਹੈ ਉਹ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਪੰਜਾਬੀ ਮੀਡੀਆ ਚੈਨਲ ਹੈ। ਉੱਥੇ ਅਸੀਂ ਪੰਜਾਬੀ ਦੇ ਅਖਬਾਰ ਛਾਪਦੇ ਹਾਂ, ਰੇਡੀਓ ਹੈ ਪੰਜਾਬੀ ਦਾ ਸਾਡਾ, ਉੱਥੇ ਬਹੁਤ ਵੱਡੀ ਡਾਇਰੈਕਟਰੀ ਅਸੀਂ ਛਾਪਦੇ ਹਾਂ, ਇੱਕ ਸਾਡਾ 24-hour ਨਿਊਜ਼ ਚੈਨਲ ਹੈ ਅਤੇ 20 employee ਟੋਟਲ ਉੱਥੇ ਮੇਰੇ ਗਰੁੱਪ 'ਚ ਕੰਮ ਕਰਦੇ ਹੈ। ਪੰਜਾਬੀ ਜ਼ੁਬਾਨ ਉੱਥੇ 3rd number ਦੀ ਜ਼ੁਬਾਨ ਆ ਹੁਣ ਕੈਨੇਡਾ ਦੇ ਵਿੱਚ। ਕਿਆ ਤੁਸੀਂ ਬਲੀਵ ਕਿ ਇੰਗਲਿਸ਼ ਹੈ, ਫਰੈਂਚ ਹੈ, ਹੁਣ 3rd number 'ਤੇ ਕੈਨੇਡਾ ਦੀ ਜ਼ੁਬਾਨ, ਓਫੀਸ਼ੀਅਲ ਜ਼ੁਬਾਨ ਪੰਜਾਬੀ ਹੈ। ਪੰਜਾਬੀ ਦੇ ਉੱਥੇ 20 member ਪਾਰਲੀਮੈਂਟ ਨੇ, 4 minister ਨੇ ਉੱਥੇ, ਸਾਡੇ ਜਿੰਨੇ ਪ੍ਰੋਵਿੰਸਿਸ ਆ ਸਾਰਿਆਂ ਦੇ ਵਿੱਚ ਮਨਿਸਟਰ, MLA, ਤੁਹਾਡੇ ਜਿੱਥੇ ਅਸੀਂ MLA, MPA ਕਹਿੰਦੇ ਹਾਂ, ਉੱਥੇ ਹਰ ਜਗ੍ਹਾ 'ਤੇ ਪੰਜਾਬੀ ਆਪਣਾ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੇ ਹੈ ਔਰ ਹਰ ਸ਼ੋਅ 'ਚ ਪਾ ਰਹੇ ਹੈ। ਤੋ ਜਿਹੜਾ ਇਹ ਰਿਸ਼ਤਾ ਹੈ ਪੰਜਾਬੀਆਂ ਦਾ ਕੈਨੇਡਾ ਦੇ ਨਾਲ, ਇੱਕ ਇਹਨੂੰ ਇੱਕ ਨਵਾਂ ਰੂਪ ਹੁਣ ਮਿਲਣ ਲੱਗ ਪਿਆ ਹੈ ਲਾਂਘਾ ਖੁੱਲ੍ਹਣ ਤੋਂ ਬਾਅਦ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਜਦੋਂ ਅਸੀਂ ਵਾਪਸ ਜਾਵਾਂਗੇ, ਜਦੋਂ ਅਸੀਂ ਦੱਸਾਂਗੇ ਉੱਥੇ ਜਾ ਕੇ ਕਿ ਕਿਸ ਤਰ੍ਹਾਂ ਦਾ ਇਹ ਜਿਹੜਾ ਮੁਲਕ ਕਿੱਦਾਂ ਦੋਵੇਂ ਬਾਹਾਂ ਫੈਲਾ ਕੇ ਪਿਆਰ ਦੇ ਰਿਹਾ। ਔਰ ਮੈਨੂੰ ਬਹੁਤ ਕੁਝ ਅੱਛਾ ਲੱਗ ਰਿਹਾ ਤੁਸੀਂ ਦੇਖਿਆ, ਉਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਕਿਲ੍ਹਾ, ਉਹਨਾਂ ਦੀ ਸਮਾਧ, ਗੁਰੂਆਂ ਦੇ ਸਾਰੇ ਇੰਨੇ ਕੁ ਇਤਿਹਾਸਿਕ ਗੁਰਦੁਆਰੇ ਹੈ। ਤੋ ਅੱਜ ਮੈਨੂੰ ਜਦੋਂ ਪੁੱਛ ਰਹੇ ਸੀ, ਇੱਕ ਹਫ਼ਤਾ ਬੀਤਿਆ ਤੁਹਾਨੂੰ ਆਇਆ ਨੂੰ ਇੱਕ ਹਫ਼ਤਾ ਹੋਇਆ, ਅਤੇ ਮੈਨੂੰ ਮੇਰੇ ਮਿਸਿਸ ਪੁੱਛ ਰਹੇ ਸੀ, ਮੇਰਾ ਸਟਾਫ ਪੁੱਛ ਰਿਹਾ ਸੀ, ਮੈਂ ਕਹਿ ਰਿਹਾ ਸੀ ਮੈਨੂੰ ਕਹਿੰਦੇ 1 ਮਹੀਨਾ ਵੀ ਹੋਰ ਮਿਲੇ ਤੋਂ ਘੱਟ ਹੈ, ਇੰਨਾ ਕੁਝ ਦੇਖਣ ਵਾਲਾ ਇੱਥੇ। ਵਾਰ ਵਾਰ ਆਉਣ ਨੂੰ ਦਿਲ ਕਰਦਾ ਮੈਂ ਅਗਲੀ ਵਾਰੀ ਆਪਣੀ ਪੂਰੀ ਫੈਮਿਲੀ ਨੂੰ ਲੈ ਕੇ ਆਵਾਂਗਾ ਇੱਥੇ, ਅਸੀਂ ਪੂਰਾ ਮਹੀਨਾ ਹੁੰਦਾ ਪ੍ਰੋਗਰਾਮ ਕਮ ਸੇ ਕਮ ਬਣਾ ਕੇ ਆਵਾਂਗੇ। ਇੰਨਾ ਤੁਹਾਡਾ ਖੂਬਸੂਰਤ ਸ਼ਹਿਰ ਹੈ ਲਾਹੌਰ, ਵਾਕਈ ਲਾਹੌਰ ਹੈ, ਇਹ ਮੈਂ ਮੰਨ ਕੇ ਜਾ ਰਿਹਾ ਕਿ ਜੋ ਸੁਣਿਆ ਸੀ ਉਸ ਤੋਂ ਕਿਤੇ ਜ਼ਿਆਦਾ ਇਹ ਖੂਬਸੂਰਤ ਸ਼ਹਿਰ ਹੈ। ਔਰ ਇੰਨੀ ਵੱਡਾ ਇਕੱਠ ਸਾਰੀ ਦੁਨੀਆ ਤੋਂ ਸਿੱਖ ਆਏ ਆ ਇੱਥੇ, ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਹਰ ਪਾਸੇ ਆਏ ਹੈ। ਔਰ ਜੋ ਅਸੀਂ ਸਭ ਨੂੰ ਮਿਲ ਕੇ ਅਸੀਂ ਸਾਰਿਆਂ ਨੇ, ਸਾਡੇ ਸਭ ਦਾ ਇੱਕੋ ਇੱਕ ਜਿਹੜਾ ਐਕਸਪੀਰੀਅੰਸ ਹੈ ਉਹ ਇਹੀ ਹੈ ਕਿ ਵਾਕਈ ਜੋ ਮੁਹੱਬਤ ਇੱਥੇ ਮਿਲਦੀ ਪਈ ਹੈ ਇਹ ਦੁਨੀਆਂ 'ਚ ਕਿਤੇ ਨਹੀਂ। ਔਰ ਇਹਦੇ ਲਈ ਮੈਂ ਚਾਹਾਂਗਾ ਤੁਸੀਂ ਆਪਣੇ ਲਈ ਜ਼ਰੂਰ ਲਾਹੌਰ ਵਾਸੀ ਤਾੜੀਆਂ ਜ਼ਰੂਰ ਮਾਰੋ, ਲਾਹੌਰੀਆਂ ਨੂੰ ਮੈਂ ਸਲੂਟ ਕਰਦਾ ਤੁਹਾਡੇ ਇਸ ਲਈ। ਔਰ
आप कुछ देखोगे हो खतरनाक जल्दी आगे जा रहे हैं कि कनाडा जिथे कम से कम 8 लाख सिख बसदा है लखा लोग इतने बनाया करेंगे अमेरिका और कनाडा तो दुनिया भर तो और इतने जिथे रिलीजियस टूरिज्म बढ़ेगा इतने बहुत बड़ा जरा पाकिस्तान की इकोनॉमी को बेनिफिट होएगा इस लागे खुलने तो बाद और हर व्यक्ति का उन्होंने मन है कि वो इतने आवे और जब पहले भाई साहब कह के गए हैं कि इन्हें खदशे से मना दे रहे साढ़े मन भी बड़े खदशे से क्योंकि एक तरह का अजीब जहा माहौल है कि पाकिस्तान वाला पता नहीं किड्डा बड़ा गुनाह कर रहे हो और मैं कह रहा हूँ वो जरा एक डर से वो दूर हो रहे हैं और ये बहुत ज्यादा लोग इतने आएंगे और जो जो इतने आमद होएगी जो जो आपस में प्यार बढ़ेगा तो बहुत बड़ा एक एक जरा तुम देखोगे चेंज देखोगे तो मैं अखीर के लिए बधाई देना चाहना कल्याण सिंह होर बहुत अच्छे इंसान है टेलीफोन से बड़े सारे गल्ला हुई मेरे पहली बार आ गया और इन्होंने बुक लिखी है इन्होंने पीएचडी की है पंजाबी के दस रहे थे यकीन नहीं हो रहा कि इतने कोई पंजाबी पढ़ता है पंजाबी की कोई पीएचडी कर सकता है तो एक नवी शुरुआत है असं इस शुरुआत को वेलकम करते हैं और दुआ करते हैं अरदास करते हैं कि मुहब्बत दिनों दिन होर बधे और असं होर एक दूसरे नेड़े आईए यही मेरी दुआ है बहुत बहुत शुक्रिया।